ਸਿੱਧੂ ਮੂਸੇ ਵਾਲੇ ਨੇ 61 ਟਰੈਕਟਰ ਕੀ ਰੱਖ ਲਿਆ। 61 ਟਰੈਕਟਰਾਂ ਦਾ ਦੁਬਾਰਾ ਤੋਂ ਦੌਰ ਸ਼ੁਰੂ ਹੋ ਗਿਆ ਅਤੇ ਪਿੰਡਾਂ ਦੀਆਂ ਗੱਭਰੂਆਂ ਨੇ 61 ਸ਼ੌਂਕ ਨਾਲ ਤਿਆਰ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। ਆ ਇੱਕ ਕਨੇਡਾ ਤੋਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਪੰਜਾਬੀ ਮੁੰਡਾ ਕਨੇਡਾ ਦੀ ਧਰਤੀ 'ਤੇ ਬਰਫ਼ ਇਕੱਠੀ ਕਰੀ ਜਾਂਦਾ, 61 ਦੇ ਫਰਾਟੇ ਪਵਾਈ ਜਾਂਦਾ, ਜੱਟ 61 ਮਗਰ ਕਿਰਾਇਆ ਪਾਈ ਫਿਰਦਾ। ਇੱਕ ਹੋਰ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਪੰਜਾਬੀ ਬਾਪੂ ਦੀ। ਪੰਜਾਬੀ ਬਾਪੂ ਫੀਤੇ ਦੇ ਨਾਲ ਬਰਫ਼ ਦੀ ਮਿਹਨਤੀ ਕਰੀ ਜਾਂਦਾ ਅਤੇ ਕਹਿੰਦਾ 11.5 ਇੰਚੀ ਪੈ ਗਈ ਬਰਫ਼। ਪੰਜਾਬੀ ਬਾਪੂ ਕਹਿੰਦਾ ਉਹਦੇ ਘਰ ਦਾ ਕੋਈ ਭੇਤ ਨਹੀਂ, ਹੋਰ ਕਿੰਨੀ ਬਰਫ਼ ਸੁੱਟਣੀ ਹੈ ਰੱਬ ਨੇ। ਹਾਸੇ ਵਿੱਚ ਬਾਪੂ ਮੁੰਡੇ ਨੂੰ ਕਹਿੰਦਾ ਸੱਚੀ ਗੱਲ ਆ ਪਤੰਦਰਾ, ਕਮਰੇ ਵਿੱਚ ਵੜ ਜਾਈਏ, ਕਿਤੇ ਬਰਫ਼ ਨੂੰ ਮਿਣਦੇ ਮਿਣਦੇ ਆਪ ਹੀ ਨਾ ਆਕੜ ਜਾਈਏ। ਅਤੇ ਬਾਕੀ ਲੈ ਚੱਲਦੇ ਹਾਂ ਪੂਰੀ ਵੀਡੀਓ ਦੇ ਵੱਲ। 11.5 ਇੰਚੀ ਪੈ ਗਈ ਹੈ। ਰੰਗ ਲੱਗ ਗਿਆ ਹੈ, 11.5 ਇੰਚੀ ਹੈ। ਹਾਲੇ ਹੋਰ ਪਤਾ ਨੀ ਕਿੰਨੀ ਪਵੇ ਹੈ, ਅਲੰਦਰ ਵੜ ਜਾ ਭਰਾਵਾ, ਹੋਰ ਨਾ ਕਦੇ ਆਕੜੀ ਜਾਵੇ। ਮਿਲਦੇ ਮਿਲਦੇ ਆਪਾਂ ਵੀ ਮਿਲਦੇ ਹੀ ਰਹਿ ਜਾਈਏ।